ਤੇ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅਸੀਂ ਵਿਚਾਰ ਵਟਾਂਦਰਾ ਅੱਜ ਜੋ ਰੱਖਿਆ ਹੋਇਆ ਮੁੱਦੇ ਦੇ ਵਿੱਚ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ, ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਅਤੇ ਜਿਹੜਾ ਭਰੋਸਾ ਵਿਦੇਸ਼ਾਂ ਦੇ ਵਿੱਚ ਵਸਦੇ NRIs ਨੇ ਇਹਨਾਂ ਦੇ ਉੱਤੇ ਦਿਖਾਇਆ ਸੀਗਾ, ਇਹਨਾਂ ਦੇ ਉੱਤੇ ਜਿਤਾਇਆ ਸੀਗਾ, ਅੱਜ ਉਹ ਪਾਰਟੀ ਕਿੱਥੇ ਸਟੈਂਡ ਕਰਦੀ ਹੈ, ਪਾਰਟੀ ਦੇ ਨੁਮਾਇੰਦੇ ਕਿੱਥੇ ਸਟੈਂਡ ਕਰਦੇ ਹਨ, ਕਿਉਂਕਿ ਆਪਸੀ ਮਤਭੇਦ ਦੇ ਕਾਰਨ ਜੋ ਭਵਿੱਖ ਪੰਜਾਬ ਦਾ NRIs ਨੇ ਸੋਚਿਆ ਸੀਗਾ ਜਾਂ ਤੁਸੀਂ ਸੋਚਿਆ ਸੀਗਾ, ਉਹ ਅੱਜ ਕਿੱਥੇ ਖੜੇ ਨੇ ਸੁਪਨੇ, ਅੱਜ ਉਹ ਕਿੱਥੇ ਖੜੀਆਂ ਹਨ ਗੱਲਾਂ ਇਹਨਾਂ ਦੇ ਝਗੜੇ ਦੇ ਕਾਰਨ। 15 ਅਗਸਤ ਨੂੰ ਇਹ ਖਬਰ ਸਾਹਮਣੇ ਆ ਰਹੀ ਹੈ ਜੀ ਕਿ ਇਹਨਾਂ ਦੀ ਦੋਨਾਂ ਦੀ ਆਪਸੀ ਇੱਕ ਸਟੇਜ ਦੇ ਉੱਤੇ ਮੁਲਾਕਾਤ ਹੋਣੀ ਹੈ। ਆਪਸੀ ਝਗੜੇ ਕਾਰਨ ਇਹ ਵੀ ਮੀਡੀਆ ਰਿਪੋਰਟ ਸਾਹਮਣੇ ਆ ਰਹੀਆਂ ਹਨ ਕਿ ਇਹ ਜਿਹੜੀ ਮੀਟਿੰਗ ਰੱਖੀ ਸੀਗੀ 15 ਅਗਸਤ ਨੂੰ ਉਹ ਮਤਲਬ ਪੋਸਟਪੋਨ ਵੀ ਹੋ ਸਕਦੀ ਹੈ ਇਹ ਮੀਟਿੰਗ, ਲੇਕਿਨ ਹੁਣ ਪਤਾ ਨਹੀਂ ਚੱਲ ਰਿਹਾ ਕਿ ਆਖਿਰਕਾਰ ਹੋਏਗਾ ਕੀ, ਕਿਉਂਕਿ ਇਹ ਭਰੋਸਾ ਸੀਗਾ ਤੁਹਾਡਾ, ਕਿਉਂਕਿ ਤੁਸੀਂ ਹੀ ਕਿਹਾ ਸੀਗਾ, ਤੁਸੀਂ ਹੀ ਹਿਮਾਇਤ ਕੀਤੀ ਸੀਗੀ ਔਰ ਤੁਸੀਂ ਹੀ ਸੋਚਿਆ ਸੀਗਾ ਕਿ ਸ਼ਾਇਦ ਇਹ ਪਾਰਟੀ ਕੁਝ ਕਰਕੇ ਦਿਖਾਏਗੀ। ਸ਼੍ਰੋਮਣੀ ਅਕਾਲੀ ਦਲ ਨੂੰ ਅਜ਼ਮਾ ਕੇ ਵੇਖ ਲਿਆ, ਕਾਂਗਰਸ ਨੂੰ ਅਜ਼ਮਾਇਆ ਹੋਇਆ। ਮੈਂ ਕਾਂਗਰਸ ਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗਾ ਕਿਉਂਕਿ ਇਹ ਡਿਬੇਟ ਉੱਥੇ ਚਲੀ ਜਾਏਗੀ ਔਰ ਫਿਰ ਮੈਨੂੰ ਜਦ ਕਾਂਗਰਸ ਦੀ ਗੱਲ ਆਉਂਦੀ ਹੈ ਤਾਂ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਗੁਟਕਾ ਸਾਹਿਬ ਯਾਦ ਆ ਜਾਏ ਔਰ ਅਸੀਂ ਉਸ ਬਾਰੇ ਆਪਣੀ ਗੱਲ ਨੂੰ ਤੋੜ ਲਈਏ, ਮੈਂ ਨਹੀਂ ਤੋੜਨਾ ਚਾਹੁੰਦਾ, ਲੇਕਿਨ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਵਿਚਾਰ ਇਸ ਕਰਕੇ ਰੱਖਾਂਗੇ ਕਿ ਆਖਿਰਕਾਰ ਕੀ ਭਵਿੱਖ ਹੋ ਸਕਦਾ, ਵਟ ਇਜ਼ ਦੀ ਫਿਊਚਰ ਆਫ ਪੰਜਾਬ ਐਂਡ ਹੂ ਵਿਲ ਡੂ ਦੀ ਬੈਸਟ ਫੋਰ ਦੀ ਬੈਟਰਮੈਂਟਸ ਆਫ ਪੰਜਾਬ, ਪੰਜਾਬ ਦੇ ਲਈ ਕੌਣ ਵਧੀਆ ਕਰ ਸਕਦਾ ਔਰ ਕੌਣ ਸੋਚ ਸਕਦਾ। ਜ਼ਿਆਦਾ ਸਮਾਂ ਨਾ ਲਾਇਆ ਹੁੰਦਾ, ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਮੈਂ ਤੁਹਾਨੂੰ ਤਾਰੀਫ ਕਰਾ ਦਾਂ, ਨਵੀਨ ਸ਼ਰਮਾ ਸੀਨੀਅਰ ਜਰਨਲਿਸਟ ਨੇ ਐਂਡ ਜਸ ਬ੍ਰੋਡਕਾਸਟਿੰਗ ਟੀਮ ਦਾ ਹਿੱਸਾ ਬਣੇ ਨੇ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਐਨਾਲਿਸਿਸ ਆਪਾਂ ਕੀਤੀ ਸੀਗੀ 3 ਦਿਨ ਪਹਿਲਾਂ, 4 ਦਿਨ ਪਹਿਲਾਂ ਜਿਹੜੇ ਆਪਾਂ ਮੁੱਦਾ ਲੈ ਕੇ ਆਏ ਸੀਗੇ, ਉਹ ਉਸੀ ਵੱਲ ਗੱਲ ਸਾਡੀ ਜਿਹੜੀ ਹੈ ਉਸ ਖਬਰ ਨੂੰ ਮੋਹਰ ਲੱਗੀ ਹੈ ਕਿ ਆਪਸੀ ਮਤਭੇਦ ਦੇ ਕਾਰਨ ਆਮ ਆਦਮੀ ਪਾਰਟੀ, ਆਪਸੀ ਮਤਭੇਦ ਦੇ ਕਾਰਨ ਜਿਹੜੇ ਏਜੰਡੇ ਨੇ ਉਹ ਖਤਮ ਹੋ ਜਾਣਗੇ। ਡੈਮੇਜ ਕੰਟਰੋਲ ਕਿਵੇਂ ਹੋਏਗਾ ਉਹ ਅੱਜ ਤੱਕ ਨਹੀਂ ਹੋ ਪਾਇਆ। 15 ਅਗਸਤ ਨੂੰ ਲੱਗਦਾ ਸੀਗਾ ਕਿ ਸ਼ਾਇਦ ਡੈਮੇਜ ਕੰਟਰੋਲ ਹੈ ਉਹ ਹੋ ਸਕਦਾ ਔਰ ਖਤਮ ਹੋ ਸਕਦੀ ਹੈ, ਥੋੜ੍ਹੀ ਥੋੜ੍ਹੀ ਗੱਲਾਂ ਜਿਹੜੀਆਂ ਹੋਈਆਂ ਹਨ, ਲੇਕਿਨ ਹੁਣ ਜਿਹੜੀ ਇਹ ਮੀਟਿੰਗ ਹੈ ਸੁਣਨ ਨੂੰ ਇਹ ਵੀ ਆ ਰਿਹਾ ਕਿ ਕੈਂਸਲ ਵੀ ਹੋ ਸਕਦੀ ਹੈ। ਲੁਧਿਆਣਾ ਵਿਖੇ ਮੀਟਿੰਗ ਰੱਖੀ ਗਈ ਸੀਗੀ ਲੇਕਿਨ ਹੁਣ ਸਮਝ ਨਹੀਂ ਆ ਰਿਹਾ, ਤਸਵੀਰ ਜਿਹੜੀ ਹੈ ਬਹੁਤ ਧੁੰਦਲੀ ਹੋਈ ਪਈ ਹੈ, ਤਸਵੀਰ ਨੂੰ ਸਾਫ਼ ਕਰਦੇ ਹਾਂ ਅਤੇ ਜਿਹੜਾ ਝਾੜੂ ਹੈ ਉਹ ਤੀਲਾ ਤੀਲਾ ਹੋਇਆ ਪਿਆ। ਮਿਸਟਰ ਸ਼ਰਮਾ ਕੀ ਕਹਿਣਾ ਚਾਹੋਗੇ, ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ। ਦੇਖੋ ਕਿਰਤ, ਇਹ ਜੋ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਸੀ ਕ੍ਰਾਈਸਿਸ ਆਮ ਆਦਮੀ ਪਾਰਟੀ ਦਾ, ਇਹ ਦਿਨ ਬਾ ਦਿਨ ਗਿਰਾਉਂਦਾ ਜਾ ਰਿਹਾ। ਦੇਰ ਇਜ਼ ਨੋ ਸਾਈਨ ਆਫ ਐਨੀ ਕਾਈਂਡ ਆਫ ਰਿਲੀਫ, ਕੋਈ ਸਮਾਧਾਨ ਦਿਖਾਈ ਨਹੀਂ ਦੇ ਰਿਹਾ, ਇਹ ਡੇਲੀ ਦਾ ਡੇਲੀ ਵੱਧਦਾ ਜਾ ਰਿਹਾ। ਮਨੀਸ਼ ਸਿਸੋਦੀਆ ਨੇ ਆਉਣਾ ਸੀਗਾ, ਉਹਨਾਂ ਨੇ ਮੀਟਿੰਗ ਕਰਨੀ ਸੀ, ਉਹ ਅਚਾਨਕ ਪੋਸਟਪੋਨ ਕਰ ਦਿੱਤੀ ਗਈ। ਹੁਣ ਜਿਹੜਾ ਲੁਧਿਆਣੇ ਦੇ ਕੋਲ ਇਸਰੋ ਦੇ ਵਿੱਚ 15 ਅਗਸਤ ਨੂੰ ਮੀਟਿੰਗ ਹੋਣੀ ਸੀ, ਇਹ ਖਬਰ ਆਈ ਕਿ ਦੋਨੋਂ ਨੇ ਦੋਨੋਂ ਇੱਕੋ ਸਟੇਜ 'ਤੇ ਇਕੱਠੇ ਹੋ ਸਕਦੇ ਆ, ਭਗਵੰਤ ਮਾਨ ਵੀ ਔਰ ਸੁਖਪਾਲ ਸਿੰਘ ਖਹਿਰਾ ਵੀ। ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਇਹ ਪਾਰਟੀ ਦੀ ਰੈਲੀ ਹੈ, ਆਮ ਆਦਮੀ ਪਾਰਟੀ ਇਹਨੂੰ ਔਰਗਨਾਈਜ਼ ਕਰ ਰਹੀ ਹੈ ਔਰ ਆਈ ਐਮ ਸਟਿਲ ਇਨ ਦਾ ਪਾਰਟੀ, ਮੈਂ ਪਾਰਟੀ ਹਾਲੇ ਛੱਡੀ ਨਹੀਂ ਹੈ, ਮੈਂ ਆਪਣੇ ਸਾਰੇ ਜਿਹੜੇ ਮੇਰੇ ਸਪੋਰਟਰ 7 MLA ਨੇ ਔਰ ਆਪਣੇ ਹੋਰ ਹਜ਼ਾਰਾਂ ਸਪੋਰਟਰਸ ਨੂੰ ਲੈ ਕੇ ਆਈ ਵਿਲ ਗੋ ਟੂ ਇਸਰੋ ਔਰ ਮੈਂ ਰੈਲੀ 'ਚ ਸ਼ਾਮਿਲ ਹੋਵਾਂਗਾ। ਫਿਰ ਇਹ ਮੀਡੀਆ ਦੇ ਵਿੱਚ ਕ੍ਰਾਈਸਿਸ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਗਰ ਸੁਖਪਾਲ ਸਿੰਘ ਖਹਿਰਾ ਇਸਰੋ ਦੀ ਰੈਲੀ 'ਚ ਜਾਂਦੇ ਨੇ ਆਪਣੇ ਸਪੋਰਟਰਸ ਔਰ ਆਪਣੇ ਸਮਰਥਕ MLAs ਦੇ ਨਾਲ ਔਰ ਭਗਵੰਤ ਮਾਨ ਔਰ ਦੂਸਰੇ ਪਾਰਟੀ ਦੇ ਲੀਡਰ ਹੋਣਗੇ, ਇਹ ਸਾਰਿਆਂ ਨੇ ਇੱਕੋ ਸਿਆਸੀ ਮੰਚ ਦੇ ਉੱਤੇ ਆਮਣਾ ਸਾਹਮਣਾ ਕਰਨਾ ਸੀਗਾ ਐਂਡ ਦੇਰ ਵਾਜ਼ ਇਹ ਇੰਟਿਊਸ਼ਨ ਸੀਗੀ ਕਿ ਸ਼ਾਇਦ ਕੋਈ ਇਹਨਾਂ 'ਤੇ ਲੜਾਈ ਝਗੜਾ ਹੋ ਜਾਏ, ਕੋਈ ਬਹਿਸ ਬਸਾਈ ਹੋ ਜਾਏ, ਕੋਈ ਇਸ ਤਰ੍ਹਾਂ ਦਾ ਕ੍ਰਾਈਸਿਸ ਹੋ ਜਾਏ, ਅਤੇ ਹੁਣ ਖਬਰ ਇਹ ਵੀ ਆ ਰਹੀ ਕਿ ਸ਼ਾਇਦ ਇਹ ਜਿਹੜੀ ਮੀਟਿੰਗ ਹੈ ਇਹਨੂੰ ਪੋਸਟਪੋਨ ਕੀਤਾ ਜਾ ਰਿਹਾ, ਇਹਨੂੰ ਇਸ ਮਾਈਟ ਬੀ ਕੈਂਸਲਡ। ਦੂਸਰਾ ਇਹ ਸੀ ਕਿ ਜਿਹੜਾ ਮਨੀਸ਼ ਸਿਸੋਦੀਆ ਨੇ ਇੱਥੇ ਦੌਰਾ ਕਰਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਮਿਲਣਾ ਸੀ, ਆਮ ਆਦਮੀ ਪਾਰਟੀ ਦੇ ਜਿਹੜੇ ਲੋਕਲ ਲੀਡਰ ਨੇ ਪੰਜਾਬ ਦੇ, ਇਹਨਾਂ ਨੇ ਇੱਕ ਤਰ੍ਹਾਂ ਦਾ SOS ਹਾਈਕਮਾਂਡ ਨੂੰ ਭੇਜਿਆ ਸੀਗਾ ਆਫਟਰ ਦਿਸ ਸੁਖਪਾਲ ਸਿੰਘ ਖਹਿਰਾ ਕ੍ਰਾਈਸਿਸ, ਕਿ ਤੁਸੀਂ ਇਹ ਤੁਹਾਡੇ ਸੀਨੀਅਰ ਬੰਦੇ ਇੱਥੇ ਆਉਣ, ਕੇਜਰੀਵਾਲ ਜੀ ਤੁਸੀਂ ਆਓ, ਇਹ ਵੀ ਕਿਹਾ ਸੀ ਕਿ ਸਤੰਬਰ ਜਾਂ ਅਕਤੂਬਰ 'ਚ ਆ ਕੇ ਪੰਜਾਬ 'ਚ ਇੱਕ ਰੈਲੀ ਕਰੋ, ਕਾਰਜਕਰਤਾ ਜਿਹੜੇ ਸਾਡੇ ਕਾਰਕੁਨ ਨੇ ਇਹਨਾਂ ਦਾ ਮੋਰੈਲ ਬਹੁਤ ਡਾਊਨ ਹੋਇਆ, ਮਨੋਬਲ ਜਿਹੜਾ ਟੁੱਟ ਗਿਆ ਸਾਰਾ ਇਹ ਕ੍ਰਾਈਸਿਸ ਦੇਖ ਕੇ, ਤੁਸੀਂ ਸ਼ੁੱਡ ਕਮ ਇੱਕ ਵਾਰੀ ਆ ਕੇ ਇਹਨਾਂ ਨੂੰ ਮਿਲੋ ਕਿ ਪਾਰਟੀ ਦੇ ਵਿੱਚ ਫਿਰ ਇੱਕ ਨਵਾਂ ਬੂਸਟਅਪ ਹੋਏ। ਤੁਹਾਨੂੰ ਲੱਗਦਾ ਕਿ ਜਿਹੜੇ ਤੰਜ ਕੱਸੇ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ, ਭਗਵੰਤ ਮਾਨ ਜਿਹੜਾ ਉਹ ਤੰਜ ਕੱਸਦਾ ਹੈ ਸੁਖਪਾਲ ਖਹਿਰਾ ਦੇ ਉੱਤੇ, ਸੁਖਪਾਲ ਖਹਿਰਾ ਤੰਜ ਕੱਸਦਾ ਭਗਵੰਤ ਮਾਨ ਦੇ ਉੱਤੇ, ਐਂਡ ਆਫ ਦਾ ਡੇ ਨੁਕਸਾਨ ਤਾਂ ਹੋ ਰਿਹਾ ਪੰਜਾਬੀਆਂ ਦਾ, ਪੰਜਾਬੀਆਂ ਦਾ, ਐਂਡ ਆਫ ਦਾ ਨੁਕਸਾਨ ਹੋ ਰਿਹਾ ਆਮ ਆਦਮੀ ਪਾਰਟੀ ਦਾ, ਵਿਸ਼ਵਾਸ ਦਾ ਜੋ ਵਿਸ਼ਵਾਸ ਜਿਤਾਇਆ ਗਿਆ ਸੀਗਾ ਵਿਦੇਸ਼ਾਂ ਦੇ ਵਿੱਚ ਵਸਦੇ ਸਾਡੇ ਭਰਾਵਾਂ ਭੈਣਾਂ ਵੱਲੋਂ। ਦੇਖੋ ਐਸੀ ਕਿ ਹੁਣ ਇਹਨਾਂ ਦੀ ਆਪਸ 'ਚ ਵਰਬਲ ਵਾਰ ਚੱਲਦੀ ਪਈ ਹੈ। ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਭਗਵੰਤ ਮਾਨ ਦੇ ਬਾਰੇ 'ਚ ਕਾਫੀ ਕੁਝ ਬੋਲਿਆ, ਥੋੜ੍ਹੇ ਦਿਨ ਪਹਿਲਾਂ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਕਾਫੀ ਕੁਝ ਕਹਿ ਦਿੱਤਾ, ਇੱਥੋਂ ਤੱਕ ਚੈਲੰਜ ਕੀਤਾ ਕਿ ਤੂੰ ਅਗਰ ਇੰਨੇ ਵੱਡੇ ਲੀਡਰ ਹੈ ਤਾਂ ਚੁਣਾਵ ਲੜ ਕੇ ਦਿਖਾਓ, ਲੜੋ ਅਤੇ ਜਿੱਤ ਕੇ ਦਿਖਾਓ, ਇਫ ਯੂ ਥਿੰਕ ਯੂ ਆਰ ਅ ਸਟਰੋਂਗ ਲੀਡਰ, ਇਹ ਸਾਰੀਆਂ ਚੀਜ਼ਾਂ ਚੱਲਦੀਆਂ ਪਈਆਂ। ਹੁਣ ਪਾਰਟੀ ਦੇ ਵਿੱਚ ਕੋਈ ਕ੍ਰਾਈਸਿਸ ਦਿਖ ਨਹੀਂ ਰਿਹਾ, ਜਿਹਦੀ ਕਿ ਆਮ ਆਦਮੀ ਪਾਰਟੀ ਦੀ ਇੱਕ ਨੀਤੀ ਹੈਗੀ ਹੈ ਜੋ ਮੈਂ ਇੰਨੇ ਦਿਨ ਤੋਂ ਦੇਖ ਰਿਹਾ ਕਿ ਬਿਲਕੁਲ ਸਟੈਂਡ ਸਟਿਲ ਕਰ ਦਿੰਦੇ ਨੇ ਚੀਜ਼ਾਂ ਨੂੰ, ਡਿਸੀਜ਼ਨ ਲੈਣ ਦੇ ਵਿੱਚ ਡਿਲੇ ਕਰਦੇ ਨੇ।
आदमी पार्टी के डिमांड शुरू हो गई कि सुखपाल खहरा कंवर संधू इन्हों के एक्शन लिता जाए कि इन्होंने एंटी पार्टी एक्टिविटी की, इन्होंने डिसीजन ग्रुप बनाया, एक बगावत की पार्टी के खिलाफ। हाले तक इस बारे भी कोई फैसला नहीं लिया गया। दूसरे पास को देखो, सुखपाल सिंह खहरा ने अजे तक कोई फैसला नहीं लिया। ही वॉन्ट्स टू गो इंडिपेंडेंट, उन्होंने कहा कि पंजाब की यूनिट जी खुदमुख्तार अपने फैसले खुद करेगी, लेकिन वो खुद पार्टी के रहना चाहते हैं। तो शशोपंज की जी परिस्थिति है वो दोनों तरफ बनी हुई है। मिश्रा शर्मा, मैंने बहुत सारी कॉल आनी शुरू हो चुकी हैं, असं अपने दर्शक के विचार भी सुनना जरूर पसंद करांगे। इस शो की अगर कोई बैकबोन है तो साढ़े दर्शक ने। सत श्रीकाल जी, तुसी ऑन एयर हो, कौन बोल रहे हो, कितों बोल रहे हो? हाँ जी, सत श्रीकाल जी, मैं सुखम बोलता कैलिफोर्निया सैन फ्रांसिस्को तो। जी की कहना चाहोगे? मैं ये कहना जी, हर वेले अपने रियार साहब एक शब्द बोलते होंगे, शेर बोलते होंगे जी, हर शख्स पे उल्लू बैठा है गा, भाई चमन का क्या होगा जी। मेरा जेड़ा है गा शब्द है, अणखी लोग मर्दानगी ना मरन वाले उधर फम्मा दे विच जान ने पा जांदे, बाकी टाइम दुनिया अंदर मर्द शुमारी बधाने आ जाते। जी 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 जी, बहुत बहुत धन्यवाद जी। होर भी कॉलर साढ़े नाल जुड़ रहे हैं, उन्होंने भी लै लीए। सत श्रीकाल जी, तुसी ऑन एयर हो, कौन बोल रहे हो, कितों बोल रहे हो? सत श्रीकाल जी, शायद अपने टीवी सेट की मैं वॉल्यूम दर्शकों को कहूँगा कि घट रखियो ताकि तुहाडी गल सानू समझ आ सके। सत श्रीकाल जी, तुसी ऑन एयर हो, कौन बोल रहे हो, कितों बोल रहे हो? हैलो सत श्रीकाल जी, हैलो सत श्रीकाल जी, तुसी ऑन एयर हो, कौन बोल रहे हो, कितों बोल रहे हो? सत श्रीकाल जी, की कहना चाहोगे? गल पता भाई सानू, सत श्रीकाल, गल पता की आ जी, इन्हां ने पैसा इकट्ठा किया जी पंजाब तो, जिन्ना रुपया ये केजरीवाल जंदे जेदे लैके चल गए आ जी, वो ते सारी उम्र इन्हां को मुकनी, बाकी भगवंत मान जिदा पैसा इकट्ठा किया जी, वो तुहानू पता ही आ की कुछ किया, बाकी पार्टी का तीला तीला हो चुका, ये बड़ा औखा इकट्ठा होना, इन्हां दे कोई मतलब नहीं गा मेरे ख्याल च, किसी बने कोई इन्हां दी गल अगे भाई समझूं दस दिता जो हालात ने इन्हां दे बाहरों जिन्हां लोकां गरीबां ने अपनी दिहाड़ियां छड़ छड़ के इन्हां मर पैसे लाए आ। बिलकुल बिलकुल जी, थैंक यू मच जी 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 जी, हार्ड एंड मनी लग्या होया पंजाबियों का, और यह गल बिल्कुल सच्ची हैगी। अगर आम आदमी पार्टी स्टैंड हुई है पंजाब दे विच, अगर उन्हों फंड्स मिले हैं तो इतों ही गए हैं। देखो जिहड़े विदेशों दे विच ओवरसीज जिहड़े आम आदमी पार्टी है जो विदेशों दे विच बैठे ने सिंपथाइजर्स ने जो पार्टी के सपोर्टर्स ने उन्होंने बड़ी मेहनत की है जी, जिहड़े देखो ग्राउंड वर्क तो इंडिया च। ईवन आई हैव सीन मिस्टर शर्मा कि अपने लोग जिहड़े ने इतों दीआं जॉबां अपनी छड़ छड़ के पंजाब दे विच पिंडां दे विच जा जा के उन्होंने वलंटियर कीता, जहाज दे जहाज भर के उत्थे पहुंचे, उन्होंने जाके कैंपेन की, सारा अपना टाइम लगाया, अपने काम काज छड़ के पैसे लगाए, सारी एनर्जी सारा कुछ लगाया, एंड दे आर मोर डिसअपॉइंटेड, क्योंकि एक मकसद सीगा उन्हां दी इच्छा सी कि आम आदमी पार्टी एक रिप्लेसमेंट कर सकती है, आम आदमी पार्टी पंजाब दी पॉलिटिक्स एक फेरबदल कर सकती है, रद्दोबदल कर सकती है, दे आर वेरी डिसअपॉइंटेड। जिहड़ी आम आदमी पार्टी ओवरसीज दी जिहड़ी वैबसाइट है तुसीं देखो, और जिहड़े फेसबुक दे पेजेस ने, यू कैन सी द काइंड ऑफ रिफ्लैक्शन एंड डिसअपॉइंटमेंट दे हैव। यूएसए फिलीपींस, जिहड़ा आम आदमी पार्टी दी फिलीपीन यूनिट है, आम आदमी पार्टी दी यूएस यूनिट है, दे हैव ऑल डिसअपॉइंटेड। हुण एक भी खबर आई है कि जिहड़े आम आदमी पार्टी के ओवरसीज के जिन्ने लीडर और जिन्ने कार्यकर्ता ने, दे आर राइटिंग लैटर्स टू द आम आदमी पार्टी लीडर्स इन पंजाब एंड कारकुनां नूं लैटर लिख रहे हैं, एंड दे आर टेलिंग दैम कि तुसीं साडे जिहड़े एफर्ट्स ने उन्हां नूं क्यों खराब कर रहे हो, असीं जिहड़ी मेहनत कीती उन्हां नूं क्यों खराब जाया होण दे रहे हो। करेक्ट, इह चीज़ करके लैटर दे के उन्हां नूं इह कहना चाहुंदे हां कि सारे एक मंच ते इकट्ठे आओ, एकता करो, क्योंकि दे आर वेरी डिसअपॉइंटेड टू सी दिस वट एग्जैक्टली इज हैपनिंग। ਇੰਡੀਡ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਭਗਵੰਤ ਸਿੰਘ ਬੋਲ ਰਿਹਾ ਜੀ, ਕੀ ਕਹਿਣਾ ਚਾਹੁੰਦੇ ਹੋ ਤੋਂ ਜੀ? ਮੇਰੇ ਵਿਚਾਰ ਵੀ ਹੈਗੇ ਨੇ ਕਿ ਐਕਚੁਅਲੀ ਉੱਥੇ ਹਰ ਬੰਦਾ ਸੈਲਫਿਸ਼ ਹੋਇਆ ਫਿਰਦਾ ਵਾ ਜੀ, ਜਿਵੇਂ ਭਗਵੰਤ ਮਾਨ ਆ ਜੀ, ਵੀ ਉਹਨਾਂ ਦੀਆਂ ਸੋਸ਼ਲ ਮੀਡੀਆ ਜਾਂ ਕਿੱਦਾਂ ਵੀ ਉਹਨਾਂ ਦੇ ਇੱਧਰ ਉੱਧਰ ਵੀ ਆਪਾਂ ਵੀਡੀਓ ਸੁਣਦੇ ਹਾਂ ਕਰਦੇ ਹਾਂ, ਉਹ ਕਹਿੰਦਾ ਮੈਂ ਆਪਣੀ ਵਾਈਫ ਨੂੰ ਸਾਰਾ ਕੁਛ ਦੇ ਦਿੱਤਾ ਜੀ, ਤੇ ਵੀ ਮੈਂ ਆਪਣੇ ਕੋਲੇ ਕੁਛ ਨਹੀਂ ਰੱਖਿਆ ਜੀ, ਤੇ ਫਿਰ ਜਿਹੜੀ ਉਹਦੀ ਆਪਣੇ ਆਡੀਓ ਆਪਣੇ ਵਾਇਰਲ ਹੋਈ ਹੈ, ਉਹ ਵੀ ਤੁਸੀਂ ਸਭ ਨੇ ਸੁਣੀ ਹੋਣੀ ਆ ਜੀ, ਬਿਲਕੁਲ ਜੀ 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 ਜੀ, ਰਾਈਟ ਜੀ, ਉਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਵੀ ਉਹ ਬੰਦਾ ਕਿੰਨਾ ਸੈਲਫਿਸ਼ ਆ ਜੀ,
ਠੀਕ ਆ ਜੀ। ਬਾਕੀ ਇੱਕ ਮੇਰਾ ਸ਼ਿਕਵਾ ਜਸ ਪੰਜਾਬੀ ਦੇ ਨਾਲ ਜੀ, ਵੀ ਤਿੰਨ ਦਿਨ ਪਹਿਲਾਂ ਧਾਰੀਵਾਲ ਪਿੰਡ ਦੇ ਵਿੱਚ ਨਾ ਇੱਕ 7 ਈਅਰ ਓਲਡ ਕੁੜੀ ਦੇ ਨਾਲ ਰੇਪ ਹੋਇਆ। ਚਾਰ ਮੁੰਡਿਆਂ ਨੇ, ਉਹ ਰਿਚ ਪੀਪਲ ਦੇ ਹੈਗੇ ਨੇ ਬੰਦੇ, ਉਹਨਾਂ ਨੇ ਕੀਤਾ ਵਾ ਜੀ। ਮਤਲਬ ਉੱਥੇ ਇੰਨਾ ਕੁ ਹੰਗਾਮਾ ਹੋਇਆ ਵਾ, ਹਾਈਵੇ ਤੱਕ ਜਾਮ ਹੋਇਆ ਤਿੰਨ ਦਿਨ ਜੀ। ਪਰ ਇਹ ਜਸ ਪੰਜਾਬੀ ਨੇ ਇੱਕ ਨਿਊਜ਼ ਤੱਕ ਨਹੀਂ ਦਿੱਤੀ ਜੀ। ਤੇ ਮੈਨੂੰ, ਕਿਉਂਕਿ ਅਸੀਂ ਜਸ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਾਂ ਜੀ, ਪਰ ਮੈਨੂੰ ਇੱਕ ਬਹੁਤ ਗਿਲਾ ਅਪਡੇਟ ਜਿਹੜੇ ਨੇ ਇਸ ਮੁਤਲਕ ਹੋਰ ਅੱਗੇ ਅੱਗੇ ਅਸੀਂ ਦਿੰਦੇ ਰਹਾਂਗੇ ਅੱਜ ਦੇ ਮੁੱਦੇ ਦੇ ਵਿੱਚ, ਇਹ ਮੈਂ ਤੁਹਾਡੇ ਤੋਂ ਵਾਅਦਾ ਕਰਦਾ। ਕੋਈ ਗੱਲ ਨਹੀਂ ਜੀ, ਅਸੀਂ ਤੁਸੀਂ ਸਾਡੇ ਉੱਤੇ ਇਹ ਗੱਲ ਰੱਖੀਏ ਤਾਂ ਆਪਾਂ ਹੋਰ ਇਸ ਖਬਰ ਨੂੰ ਵਧੀਆ ਤਰੀਕੇ ਨਾਲ ਇਹਦੀ ਪਕੜ ਬਣਾ ਕੇ ਇਨਵੈਸਟੀਗੇਟ ਕਰਕੇ ਅਥੈਂਟੀਕੇਟ ਕਰਕੇ ਤੁਹਾਡੇ ਸਾਹਮਣੇ ਜਿਹੜੇ ਇਹਦੇ ਤਰਕ ਨੇ ਉਹ ਲੈ ਕੇ ਜ਼ਰੂਰ ਆਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਪੈਂਸਲਵਾਨੀਆ ਤੋਂ ਬੋਲ ਰਿਹਾ ਜੀ, ਬਲਕਾਰ ਸਿੰਘ ਧੀਰ ਜੀ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮੁੱਦਾ, ਜਿਹੜਾ ਅੱਜ ਦਾ ਮੁੱਦਾ ਜੀ, ਇਹਦੇ ਬਾਰੇ ਮੈਂ ਕੁਛ ਥੋੜਾ ਜਿਹਾ ਜੀ 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 ਤੁਸੀਂ ਔਨ ਏਅਰ ਹੋ, ਤੁਸੀਂ ਕਹਿ ਸਕਦੇ ਹੋ ਜੀ ਆਪਣੀ ਗੱਲ। ਹਾਂਜੀ, ਮੈਂ ਔਨ ਹਾਂ ਜੀ। ਜੀ 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 ਤੇ ਠੀਕ ਹੈ ਜੀ, ਮੈਂ ਵੋਲਮ ਘੱਟ ਕਰ ਦਿੰਦਾ ਜੀ। ਅੱਛਾ, ਗੱਲ ਇਹ ਹੈ ਜੀ ਵੀ ਜਿਹੜਾ ਇਹ ਪਾਰਟੀ 'ਚ ਆਮ ਪਾਰਟੀ ਜਿਹੜੀ ਹੈ, ਅਸੀਂ ਜਿੰਨੇ ਵੀ ਫੋਰਨਰ ਹੈ ਜੀ, ਅਸੀਂ ਉਹਨਾਂ ਦੇ ਕਾਇਲ ਸੀਗੇ ਵੀ ਉਹ ਸਾਡੇ ਪੰਜਾਬ ਵਿੱਚ ਇੱਕ ਰੈਵੋਲੂਸ਼ਨ ਲਿਆਉਣ। ਬਿਲਕੁਲ ਜੀ ਜੀ। ਔਰ ਜਿਹਦੇ ਵਿੱਚ ਇਹ ਮੁੱਖ ਰੋਲ ਜਿਹੜਾ ਸੀਗਾ, ਜਿੰਨੇ ਵੀ ਆਮ ਪਾਰਟੀ ਦੇ ਬੰਦੇ ਹੋਏ ਆ ਉਹਨਾਂ ਨੇ ਕੀਤਾ। ਪਰ ਬੜੇ ਅਫਸੋਸ ਦੀ ਗੱਲ ਹੈ ਜੀ, ਜੇ ਇਹ ਖਹਿਰਾ ਸਾਹਿਬ ਜੀ ਜਿਹੜਾ ਕਿ ਆਪੋਜੀਸ਼ਨ ਲੀਡਰ ਸੀਗਾ, ਉਹਨੇ ਜਿੰਨੀ ਧੜੱਲੇ ਦੇ ਨਾਲ ਜੀ ਇਹ ਲੋਕਾਂ ਦੇ ਮੁੱਦੇ ਜਿਹੜੇ ਹੈ ਉਹ ਅਸੈਂਬਲੀ ਵਿੱਚ ਰੱਖੇ ਜੀ, ਇਹ ਮੇਰੇ ਖਿਆਲ ਵਿੱਚ ਇੱਕ ਇਤਿਹਾਸ ਗਵਾਹ ਹੈ ਕਿ ਕਦੀ ਕਿਸੇ ਨੇ ਨਾ ਰੱਖੇ ਹੋਣਗੇ ਜੀ, ਤੇ ਨਾ ਰੱਖ ਸਕਦਾ ਹੀ ਹੈ ਜੀ। ਐਡੀ ਯੁੱਧ ਨਾਲ, ਐਡੇ ਐਡੇ ਦਿਮਾਗ ਦੇ ਨਾਲ ਬੋਲਣ ਵਾਲਾ ਮੁੰਡਾ, ਔਰ ਉਹਦੇ ਨਾਲ ਸੰਧੂ ਸਾਹਿਬ ਤੇ ਉਹਦੇ ਨਾਲ ਬੈਂਸਦਾ ਜੀ, ਉਹਦੇ ਨਾਲ ਹੀ ਇਹ ਸਾਡਾ ਜਿਹੜੇ ਆਉਣ ਵਾਲਾ ਜਿਹੜਾ ਸ਼ਾਇਦ ਹੋ ਸਕਦਾ ਮੇ ਬੀ ਪੋਸੀਬਲ ਸਿੱਧੂ ਹੈ, ਔਰ ਇਹ ਸੱਚਾਈ ਦੇ ਦੇਵਤੇ ਹੈ, ਔਰ ਸੱਚਾ ਸੁੱਚਾ ਜਿਹੜਾ ਇਹ ਕੰਮ ਕਰਨਾ ਚਾਹੁੰਦੇ ਆ। ਔਰ ਬਾਹਰ ਦੇ ਬੰਦੇ ਜਿਹੜੇ ਹੈ ਦਿੱਲੀ ਤੋਂ ਆ ਕੇ, ਜਿਹਨਾਂ ਦਾ ਕੋਈ ਹਿੰਦੂ ਹਿੰਦੂ ਤੇ ਰੱਖਦੇ ਆ, ਹਿੰਦੂਆਂ ਨੇ ਸਾਡੇ 1983 ਦੇ ਦੰਗਿਆਂ ਵਿੱਚ, ਬਿਲਕੁਲ ਜੀ ਮੈਂ ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਹੈਗਾ ਕਿ ਸੁਖਪਾਲ ਖਹਿਰਾ ਨੇ ਐਜ਼ ਐਨ LOP ਲੀਡਰ ਆਫ ਓਪੋਜੀਸ਼ਨ ਦੇ ਜਦ ਉਹ ਪਦ ਦੇ ਉੱਤੇ ਸੀਗੇ ਤਾਂ ਉਹਨਾਂ ਨੇ ਪੰਜਾਬ ਦੇ ਮਸਲਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਅੱਜ ਅਸੀਂ ਜਿਹੜਾ ਮੁੱਦਾ ਕਰ ਰਹੇ ਹਾਂ, ਮੁੱਦਾ ਇਸ ਕਰਕੇ ਕਰ ਰਹੇ ਹਾਂ ਕਿ ਜੀ ਹੁਣ ਜਿਹੜੀ ਚੀਜ਼ ਹੋ ਚੁੱਕੀ ਹੈ ਉਹਨੂੰ ਹੁਣ ਅਸੀਂ ਅੱਗੇ ਕਿਵੇਂ ਲੈ ਕੇ ਜਾਈਏ, ਕਿ ਲੀਡਰ ਆਫ ਓਪੋਜੀਸ਼ਨ ਦੇ ਬਾਵਜੂਦ ਪੰਜਾਬ ਦੇ ਮਸਲਿਆਂ ਦੇ ਉੱਤੇ, ਪੰਜਾਬ ਦੇ ਗੱਲਾਂ, ਪੰਜਾਬ ਦੇ ਹਿੱਤਾਂ ਦੇ ਲਈ ਔਰ ਪੰਜਾਬ ਦੇ ਇਸ਼ੂਜ਼ ਲਈ ਗੱਲ ਨਹੀਂ ਹੋ ਸਕਦੀ, ਕਿ ਆਪਸੀ ਮਤਭੇਦ ਸੁਲਝਾਉਣ ਦੀ ਲੋੜ ਹੈਗੀ ਆਮ ਆਦਮੀ ਪਾਰਟੀ ਨੂੰ, ਤਾਂ ਕਿ ਜਿਹੜੇ ਐਂਡ ਆਫ ਦਾ ਡੇ ਬੈਟਰਮੈਂਟ ਦੀ ਗੱਲ ਹੈ ਪੰਜਾਬ ਦੀ ਉਹ ਹੋ ਸਕੇ। ਇਸੇ ਬਾਰੇ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ ਦੀ।